ਚਲੋ ਅੱਜ ਦੀ ਜਿਹੜੀ ਮੀਟਿੰਗ ਸੀ ਉਹ ਮੋਹਾਲੀ ਦੀ ਡਿਵੈਲਪਮੈਂਟ ਨੂੰ ਲੈ ਕੇ ਸੀ ਤੇ ਸਾਰੇ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਨੇ ਉਹ ਟੁੱਟੀਆਂ ਪਈਆਂ ਨੇ ਕਿਉਂਕਿ ਪਿਛਲੇ ਦਿਨੀਂ ਬਰਸਾਤ ਵੀ ਬਹੁਤ ਹੋਈ ਆ ਬੇਮੌਸਮੀ ਬਰਸਾਤ ਵੀ ਬਹੁਤ ਹੋਈ ਆ ਔਰ ਇਹ ਕੰਮ ਸ਼ਾਇਦ ਪਹਿਲਾਂ ਵੀ ਸ਼ੁਰੂ ਹੋ ਜਾਂਦਾ ਪਰ ਇਸ ਕਰਕੇ ਨਹੀਂ ਹੋ ਸਕਿਆ ਕਿਉਂਕਿ ਬੇਮੌਸਮੀ ਬਰਸਾਤ ਸੀ ਜਿਹੜੀ ਉਹ ਸ਼ੁਰੂ ਹੋ ਗਈ ਸੀ ਔਰ ਉਹਦੇ ਸ਼ੁਰੂ ਹੋਣ ਦੇ ਨਾਲ ਸਗੋਂ ਹੋਰ ਵੀ ਜ਼ਿਆਦਾ ਡੈਮੇਜ ਨੇ ਜਿਹੜੀਆਂ ਸੜਕਾਂ ਹੋ ਗਈਆਂ ਨੇ ਅਤੇ ਉਸੇ ਕਰਕੇ ਕਿਉਂਕਿ ਲੋਕਾਂ ਦੀ ਬੜੀ ਵੱਡੀ ਡਿਮਾਂਡ ਸੀ ਔਰ ਲੋਕ ਇਸ ਵੇਲੇ ਤੰਗ ਵੀ ਬਹੁਤ ਸੀ ਵੀ ਜਗ੍ਹਾ ਜਗ੍ਹਾ 'ਤੇ ਖੱਡੇ ਪਏ ਹੋਏ ਨੇ ਅਤੇ ਉਸ ਕਰਕੇ ਮੈਂ ਅੱਜ ਮੈਡਮ ਕਮਿਸ਼ਨਰ ਨੂੰ ਅਤੇ ਇਹਨਾਂ ਦੇ ਪੂਰੇ ਸਟਾਫ ਨੂੰ ਐਸ ਸੀ ਨੂੰ ਜੁਆਇੰਟ ਕਮਿਸ਼ਨਰ ਨੂੰ ਬੇਨਤੀ ਕੀਤੀ ਸੀ ਵੀ ਆਓ ਆਪਾਂ ਬੈਠ ਕੇ ਗੱਲਬਾਤ ਕਰੀਏ ਜਿਹਦੇ ਨਾਲ ਆਪਾਂ ਲੋਕਾਂ ਨੂੰ ਰਾਹਤ ਦੇ ਸਕੀਏ ਅਤੇ ਉਸ ਕਰਕੇ ਅੱਜ ਇਹ ਮੀਟਿੰਗ ਜਿਹੜੀ ਆ ਕੀਤੀ ਗਈ ਹੈ ਜਿਹੜੇ ਸਪੋਰਟਸ ਕੰਪਲੈਕਸ ਨੇ ਮਤਲਬ ਉਹਨਾਂ ਦੇ ਉੱਤੇ ਜਦੋਂ ਮੈਂ ਉਹਦੀ ਕਾਰਵਾਈ ਚੱਲ ਰਹੀ ਹੈ ਔਰ ਬਹੁਤ ਜਲਦੀ ਮਤਲਬ ਸਥਾਈ ਪਰ ਮਤਲਬ ਉਹਨਾਂ ਦਾ ਪ੍ਰਬੰਧ ਕਰਕੇ ਚਲਾਇਆ ਜਾਊਗਾ ਵੀ ਜਿਹਦੇ ਨਾਲ ਮੁੜ ਕੇ ਕੋਈ ਇੱਦਾਂ ਦੀ ਗੱਲ ਨਾ ਆਵੇ ਜਿੱਥੋਂ ਤੱਕ ਇਨਕੁਆਇਰੀ ਕਰਾਉਣ ਦਾ ਸਵਾਲ ਹੈ ਉੱਥੇ ਇਹ ਹੈ ਵੀ ਇਹ ਸਰਕਾਰ ਇਹਨਾਂ ਦੀ ਸੀ 5 ਸਾਲ ਪਹਿਲਾਂ ਅਸੀਂ ਤਾਂ ਕਦੇ ਨਹੀਂ ਰੋਕੇ ਉਦੋਂ ਇਨਕੁਆਇਰੀ ਕਰਾ ਲੈਂਦੇ ਸਜ਼ਾ ਦੇ ਦਿੰਦੇ ਜੋ ਮਰਜ਼ੀ ਕਰ ਲੈਂਦੇ ਮੰਤਰੀ ਵੀ ਇਹਨਾਂ ਦਾ ਆਪਣਾ ਸੀ ਮੰਤਰੀ ਵੀ ਵੱਡਾ ਸੀ ਅਤੇ ਉਦੋਂ ਤਾਂ ਕੁਛ ਕੀਤਾ ਨਹੀਂ ਹੈ ਹੁਣ ਰੋਜ਼ ਇਨਕੁਆਇਰੀਆਂ ਰੋਜ਼ ਚਿੱਠੀਆਂ ਇਹ ਮਤਲਬ ਬਕਾਇਦਾ ਤੌਰ 'ਤੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਲੋਕ ਮੂਰਖ ਨਹੀਂ ਹੁਣ ਬਣਦੇ ਲੋਕਾਂ ਨੇ ਤਾਂ ਸਮਝਦਾਰ ਬਣ ਕੇ 92 ਬੰਦੇ ਜਿਤਾਤੇ ਇਸੇ ਕਰਕੇ ਜਿਤਾਏ ਵੀ 50-60 ਸਾਲ ਤੋਂ ਪਿਛਲੇ ਤੋਂ ਇਹ ਲਗਾਤਾਰ ਮੂਰਖ ਬਣਾਉਂਦੇ ਰਹੇ ਨੇ ਲੋਕਾਂ ਦਾ ਕੋਈ ਟਰਾਂਸਪੇਰੈਂਸੀ ਨਹੀਂ ਰੱਖੀ ਕੋਈ ਕਿਸੇ ਕਿਸਮ ਦਾ ਕੰਮ ਨਹੀਂ ਕੀਤਾ ਔਰ ਮੈਨੂੰ ਦੱਸ ਦੇਣ ਕੋਈ ਇੱਕ ਕੰਮ ਮੈਂ 2000 'ਚ ਪ੍ਰਧਾਨ ਬਣਿਆ ਸੀ ਮੈਂ ਇਹਨਾਂ ਨੂੰ ਦੱਸਿਆ ਵੀ ਆਹ ਬਿਲਡਿੰਗ ਮੈਂ ਬਣਾਈ ਆ ਮਤਲਬ ਮੈਂ ਆਪਣੀ ਕਾਰਜਕਾਰੀ ਦੱਸੀ ਆ ਵੀ ਮੈਂ ਕੀਤਾ ਇਹ ਕੰਮ ਮੇਰੇ ਪੂਰੇ ਜਿਹੜੇ ਮੈਂਬਰ ਸੀ ਜਿਹੜੇ ਉਦੋਂ 27 ਉਹਨਾਂ ਨੇ ਮੇਰਾ ਸਾਥ ਦਿੱਤਾ ਅਤੇ ਮੈਂ ਕੰਮ ਕੀਤਾ ਇਹ ਦੱਸਣ ਵੀ 5 ਸਾਲ ਵਿੱਚ ਕੀ ਕੀਤਾ ਸੀ ਜਿਹੜਾ ਜ਼ਿਕਰਯੋਗ ਹੋਵੇ ਸੋ ਇਸ ਕਰਕੇ ਗੱਲਾਂ ਕਰਨੀਆਂ ਬਾਹਰ ਰਹਿ ਕੇ ਸੌਖੀਆਂ ਨੇ ਜਦੋਂ ਅੰਦਰ ਬੈਠੇ ਉਦੋਂ ਕੁਛ ਕਰਨਾ ਨਹੀਂ ਬਾਹਰ ਰਹਿ ਕੇ ਇਨਕੁਆਇਰੀ ਨੇ ਗੱਲਾਂ ਕਰਨੀਆਂ ਇਹ ਐਵੇਂ ਹੀ ਨੇ ਦੇਖੋ ਮੋਹਾਲੀ ਦੇ ਵਿੱਚ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਕੈਮਰੇ ਲੱਗ ਰਹੇ ਨੇ ਪੂਰੇ ਸ਼ਹਿਰ ਦੇ ਵਿੱਚ ਚੰਡੀਗੜ੍ਹ ਤੋਂ ਵੀ ਬੈਸਟ ਪ੍ਰਬੰਧ ਕੀਤਾ ਜਾਊਗਾ ਇੱਥੇ ਸਿਕਿਉਰਿਟੀ ਦਾ ਟ੍ਰੈਫਿਕ ਦਾ ਟੈਂਡਰ ਲੱਗ ਚੁੱਕਿਆ ਅਤੇ ਟੈਂਡਰ ਭਰਨ ਵਾਸਤੇ ਕੋਈ ਪਾਰਟੀ ਆਈ ਨਹੀਂ ਮੋਹਾਲੀ ਵਾਸਤੇ ਬਹੁਤ ਕੁਛ ਹੋ ਰਿਹਾ ਮੋਹਾਲੀ ਵਾਸਤੇ ਹੋਸਪਿਟਲ ਆ ਗਿਆ ਜੀ ਲਿਵਰ ਦਾ ਸਟਾਰਟ ਹੋਣ ਵਾਲਾ ਕਿਸੇ ਵੇਲੇ ਵੀ ਸਟਾਰਟ ਹੋ ਸਕਦਾ ਔਰ ਮੋਹਾਲੀ ਦੇ ਵਿੱਚ 4 ਤੋਂ 5 ਨੇ ਜਿਹੜੇ ਉਹ ਮੁਹੱਲਾ ਕਲੀਨਿਕ ਆ ਚੁੱਕੇ ਨੇ ਜਿੱਥੇ ਲੋਕ ਫ੍ਰੀ ਦਵਾਈ ਲੈਂਦੇ ਨੇ ਫ੍ਰੀ ਇਲਾਜ ਕਰਾਉਂਦੇ ਨੇ ਉੱਥੇ ਫ੍ਰੀ ਟੈਸਟ ਕਰਾਉਂਦੇ ਨੇ ਔਰ ਮੋਹਾਲੀ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਬਹੁਤ ਕੁਛ ਆ ਰਿਹਾ ਤੁਸੀਂ ਦੇਖੋਗੇ ਵੀ ਮੋਹਾਲੀ 4-5 ਸਾਲ ਦੇ ਵਿੱਚ ਤੁਹਾਨੂੰ ਬਦਲਿਆ ਨਜ਼ਰ ਆਊਗਾ ਸੋ 1 ਸਾਲ ਦੇ ਵਿੱਚ ਅਸੀਂ ਇੰਨਾ ਕੁਛ ਕੀਤਾ ਆਉਣ ਵਾਲੇ ਟਾਈਮ ਦੇ ਵਿੱਚ ਵੀ ਮੋਹਾਲੀ ਦੇ ਵਿੱਚ ਬਹੁਤ ਕੁਛ ਹੋਊਗਾ 16 ਚੌਂਕ ਮੋਹਾਲੀ ਦੇ ਵਿੱਚ ਬਣ ਜਾਣੇ ਨੇ ਕੋਈ ਟ੍ਰੈਫਿਕ ਦੀ ਕਿਸੇ ਕਿਸਮ ਦੀ ਸਮੱਸਿਆ ਨਹੀਂ ਰਹਿਣੀ 3 ਚੌਂਕਾਂ ਦੇ ਟੈਂਡਰ ਹੋ ਚੁੱਕੇ ਨੇ ਕਿਸੇ ਵੇਲੇ ਵੀ ਕੰਮ ਸ਼ੁਰੂ ਹੋ ਜਾਊਗਾ ਗੁਰਦੁਆਰਾ ਸਿੰਘ ਸ਼ਹੀਦਾਂ ਅਤੇ ਨਾਲ ਜਿਹੜੇ 78 ਅਤੇ 79 ਦੀ ਡਿਵਾਈਡਿੰਗ ਰੋਡ ਅਤੇ ਉਦੋਂ 68 ਅਤੇ 67 ਦੀ ਡਿਵਾਈਡਿੰਗ ਰੋਡ ਤਿੰਨਾਂ 'ਤੇ ਸ਼ੁਰੂ ਹੋ ਜਾਏ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ 16 ਦੇ 16 ਜਿਹੜੇ ਨੇ ਉਹ ਚੌਂਕ ਉਹ ਬਣਨਗੇ ਔਰ ਤੁਸੀਂ ਦੇਖੋਗੇ ਮੋਹਾਲੀ ਦੀ ਮਤਲਬ ਦਸ਼ਾ ਹੀ ਬਦਲ ਜੂ ਬੱਸ ਸਟੈਂਡ ਦਾ ਵੀ ਅਸੀਂ ਮਸਲਾ ਮਤਲਬ ਅਸੀਂ ਸਰਕਾਰ ਦੇ ਨਾਲ ਟੇਕਅਪ ਕੀਤਾ ਹੋਇਆ ਔਰ ਉਹ ਵੀ ਬਹੁਤ ਜਲਦੀ ਆ ਜਿਹੜਾ ਮਤਲਬ ਸ਼ੁਰੂ ਹੋ ਜੂਗਾ ਨਵਾਂ ਜਾਂ ਜਿਹੜਾ ਪਹਿਲਾਂ ਹੀ ਆਲਰੇਡੀ ਬਣਿਆ ਹੋਇਆ ਉਹ ਦੋਨਾਂ ਵਿੱਚੋਂ ਕੋਈ ਜਿਹੜਾ ਬੱਸ ਸਟੈਂਡ ਉਹ ਸ਼ੁਰੂ ਹੋ ਜੂਗਾ ਔਰ ਜਦੋਂ ਬੱਸ ਸਟੈਂਡ ਸ਼ੁਰੂ ਹੁੰਦਾ ਨਾਲ ਦੀ ਨਾਲ ਜਾਂ ਉਦੋਂ ਪਹਿਲਾਂ ਵੀ ਹੋ ਸਕਦੇ ਆ ਵੀ ਪਬਲਿਕ ਟਰਾਂਸਪੋਰਟ ਆ ਜਿਹੜਾ ਉਹਦਾ ਮਸਲਾ ਵੀ ਮੈਂ ਚੁੱਕਿਆ ਹੈ ਪਬਲਿਕ ਟਰਾਂਸਪੋਰਟ ਵੀ ਬਹੁਤ ਅਸੀਂ ਜਲਦੀ ਸ਼ੁਰੂ ਕਰਕੇ ਸਿਟੀ ਬੱਸ ਸਰਵਿਸ ਜਿਹੜੀ ਸ਼ੁਰੂ ਕਰਕੇ ਉਹਨੂੰ ਅਸੀਂ ਮਤਲਬ ਲੋਕਾਂ ਨੂੰ ਜਿਹੜੀ ਇੱਕ ਵੱਡੀ ਰਾਹਤ ਦੇਣੀ ਔਰ ਆਉਣ ਵਾਲੇ ਟਾਈਮ ਤੁਸੀਂ ਦੇਖੋਗੇ ਮੋਹਾਲੀ ਦੇ ਵਿੱਚ ਸੜਕਾਂ ਬਣ ਜਾ ਰਹੀਆਂ ਨੇ ਕੋਈ 35-40 ਕਿਲੋਮੀਟਰ ਲੰਮੀਆਂ ਔਰ 35-40 ਕਰੋੜ ਰੁਪਏ ਦੀ ਲਾਗਤ ਨਾਲ ਇਹ ਸਾਰਾ ਕੰਮ ਹੋ ਰਿਹਾ ਪੈਚ ਵਰਕ ਹੋ ਰਿਹਾ ਤੁਹਾਨੂੰ 2-4 ਮਹੀਨੇ ਤੱਕ ਕੋਈ ਵੀ ਸੜਕ ਐਸੀ ਨਹੀਂ ਮਿਲੂਗੀ ਜਿਹੜੀ ਟੁੱਟੀ ਹੋਵੇ ਜਦੋਂ ਵੀ ਕੋਈ ਕਾਲ ਆਉਂਦੀ ਆ ਬਕਾਇਦਾ ਤੁਹਾਡੇ ਤੌਰ 'ਤੇ ਸਾਡੇ ਫਾਇਰ ਟੈਂਡਰ ਸਾਡੇ ਜਿਹੜੇ ਫਾਇਰਮੈਨ ਨੇ ਜਾਂ ਉੱਥੇ ਅਮਲਾ ਫੈਲਾ ਪੂਰਾ ਤਿਆਰ ਹੁੰਦਾ ਹਰ ਵੇਲੇ ਜਿੱਥੇ ਵੀ ਕੋਈ ਕਾਲ ਆਉਂਦੀ ਆ ਨਾਲ ਦੀ ਨਾਲ ਜਿਹੜੀ ਜਾ ਕੇ ਉਹ ਅਟੈਂਡ ਕੀਤੀ ਜਾਂਦੀ ਆ ਅੱਜ ਤੱਕ ਸਾਨੂੰ ਬਹੁਤ ਘੱਟ ਸ਼ਿਕਾਇਤ ਆਈ ਹੈ ਵੀ ਕੋਈ ਕਾਲ ਆਈ ਹੋਵੇ ਔਰ ਉੱਥੇ ਅਟੈਂਡ ਨਾ ਕੀਤੀ ਗਈ